ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਆਪਣੇ ਫੇਸਬੁੱਕ ਪੇਜ 'ਤੇ ਇਹ ਵੀਡੀਓ ਦੇਖ ਰਹੇ ਨੇ, ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਜਿਹੜੇ ਵੀਰ ਆਪਣੇ ਯੂਟਿਊਬ ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ। ਸੋ ਦੋਸਤੋ, ਅੱਜ ਦੀ ਵੀਡੀਓ ਜਿਹੜੀ ਹੈਗੀ ਆ 23 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਅਤੇ ਸਮਾਂ ਜਿਹੜਾ ਦੋਸਤੋ ਤਕਰੀਬਨ 9:30 ਦਾ ਸਮਾਂ ਹੈਗਾ, ਅਤੇ ਪਿੰਡ ਜਿਹੜਾ ਦੋਸਤੋ ਸ਼ਾਹਪੁਰ ਹੈਗਾ, ਤਹਿਸੀਲ ਅਤੇ ਜਿਹੜਾ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ। ਵੀਰ ਰਣਜੀਤ ਦੇ ਘਰ ਆਏ ਆ। ਰਣਜੀਤ ਵੀਰ ਦਾ ਜਿਹੜਾ ਕੰਮ ਕਰ ਦੋਸਤੋ ਤੁਹਾਨੂੰ ਵਧੀਆ ਲੱਗਾ ਹੈਗਾ। ਤਕਰੀਬਨ ਪਸ਼ੂ ਵੀ ਜਿਹੜੇ ਹੈਗੇ ਨੋਰਮਲ ਤੁਰ ਫਿਰ ਕੇ ਘਰਾਂ ਦੇ ਵਿੱਚੋਂ ਜਿਹੜੇ ਪਸ਼ੂ ਚੰਗੇ ਲੈਣੇ ਹੁੰਦੇ ਆ, ਵੀਰ ਨੇ ਕਿਸੇ ਵਪਾਰੀ ਤੋਂ ਪਸ਼ੂ ਜਿਹੜਾ ਬਹੁਤ ਘੱਟ ਖਰੀਦਦਾ ਵੀਰ, ਅਤੇ ਪਸ਼ੂ ਵੀ ਜਿਹੜੇ ਚੰਗੇ ਹੁੰਦੇ ਆ ਤਕਰੀਬਨ, ਅਤੇ ਪ੍ਰੋਪਰ ਡਿਟੇਲ ਜਿਹੜੀ ਹੈਗੀ ਇਨਫੋਰਮੇਸ਼ਨ ਆਪਾਂ ਵੀਰ ਰਣਜੀਤ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਦੋਸਤੋ, ਬਾਕੀ ਜਿਹੜੇ 3 ਤੁਹਾਨੂੰ ਆਪਾਂ ਪਸ਼ੂ ਦਿਖਾਉਣੇ ਆ, 3 ਪਸ਼ੂਆਂ ਦੀ ਜਿਹੜੀ ਚੁਆਈ ਹੈਗੀ ਆ, ਲਾਈਵ ਰਿਕਾਰਡਿੰਗ ਬਿਲਕੁਲ ਨਾਲੋ ਨਾਲ ਜਿਹੜੀ ਆ ਦੋਸਤੋ ਆਪਾਂ ਦਿਖਾਵਾਂਗੇ। ਨਾਲੇ ਜਿਹੜੀ ਆ ਦੋਸਤੋ ਥਣਾਂ ਦੀ ਚੈੱਕ ਪਾਸ ਹੋ ਜਾਏਗੀ, ਨਾਲੇ ਇੱਕ ਟਾਈਮ ਦਾ ਮਿਲਕ ਕਿੰਨਾ ਅਕਾਊਂਟ ਹੁੰਦਾ ਉਹ ਵੀ ਜਿਹੜਾ ਤੁਸੀਂ ਜਿਹੜਾ ਜੱਜਮੈਂਟ ਕਰ ਸਕਦੇ ਜੀ। ਚੱਲਦੇ ਆ ਵੀਰ ਰਣਜੀਤ ਦੇ ਕੋਲ ਵਧੇਰੇ ਡਿਟੇਲ ਦੇ ਲਈ। ਸਭ ਤੋਂ ਪਹਿਲਾਂ ਵੀਰ ਰਣਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਧੰਨਵਾਦ ਤੁਹਾਡਾ। ਠੀਕ ਆ, ਅਤੇ ਰਣਜੀਤ ਵੀਰੇ ਪਸ਼ੂ ਅੱਜ ਕਿੰਨੇ ਸੇਲ ਆ? ਆਪਣੇ ਕੋਲ 3 ਹੈ ਜੀ, 3 ਐਨੀਮਲ ਆਪਣੇ ਕੋਲ, 3 ਦੋਸਤੋ ਮੱਝਾਂ ਜਿਹੜੀਆਂ ਵੀਰ ਦੇ ਕੋਲ ਬਿਲਕੁਲ ਵਕਾਊ ਨੇ, ਅਤੇ ਚੰਗੇ ਪਸ਼ੂ ਆ ਬਿਲਕੁਲ। ਸਕਰੀਨ ਦੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਹੋ, ਹਵਾਨਿਆਂ ਵੱਲੋਂ ਵੀ ਚੰਗੇ ਖੁੱਲ੍ਹੇ ਆਰਡਰ ਦੀ ਕੁਆਲਿਟੀ ਵਾਲੇ ਹੁੰਦੇ ਆ। ਬਾਕੀ ਰੇਟ ਜਿਹੜਾ ਭਾਅ ਪੜਦਾ ਵੀ ਨੋਰਮਲ ਬਾਜ਼ਾਰ ਦੇ ਨਾਲੋਂ ਜਿਹੜਾ ਦੋਸਤੋ 5-7-10 ਹਜ਼ਾਰ ਤੁਹਾਨੂੰ ਨੋਰਮਲ ਹੀ ਮਿਲੇਗਾ, ਦੁੱਧ ਵਾਲੇ ਪਸ਼ੂ ਹੋਣਗੇ ਤਕਰੀਬਨ। ਅਤੇ ਭਾਈ ਰਣਜੀਤ, ਸਟਾਰਟ ਕਰੀਏ। ਪਹਿਲੇ ਨੰਬਰ 'ਤੇ ਜਿਹੜੀ ਵੀਰ ਇਹ ਮੱਝ ਆਪਣੇ ਕੋਲ ਖੜ੍ਹੀ ਆ, ਕੀ ਇਨਫੋਰਮੇਸ਼ਨ ਹੈ ਜੀ? ਕਿੰਨਵਾਂ ਸੂਆ ਸੂਈ ਹੈ? ਤੀਜਾ ਜੀ? ਦੂਜਾ ਇੱਕ ਹਫ਼ਤਾ ਹੋ ਗਿਆ ਫੀਮੇਲ ਕੱਟੀ, ਮਗਰ ਕੱਟੀ ਇੱਕ ਹਫ਼ਤਾ ਹੋ ਗਿਆ ਦੋਸਤੋ, ਅਤੇ ਸੂਆ ਦੂਜਾ ਖੋਲ੍ਹ ਕੇ ਆਪਾਂ ਤੁਹਾਨੂੰ ਤੋਰ ਕੇ ਵਿਖਾਉਂਦੇ ਹਾਂ। ਹਵਾਨੇ ਵੱਲੋਂ ਜਿਹੜੀ ਦੋਸਤੋ ਬਿਲਕੁਲ ਸੋਹਣੀ ਹੈਗੀ, ਚੌਰਸ ਲੇਵਾ ਹੈਗਾ, ਅਤੇ ਬਿਲਕੁਲ ਮੁੱਠੀ ਜਿਹਾ ਖਾਣ ਪੱਧਰ ਲੇਵਾ, ਅਤੇ ਪਿੱਠ ਪੁੱਠੇ ਦੀ ਬਹੁਤ ਵਧੀਆ ਮੀਡੀਅਮ ਹਾਈਟ ਆ, ਖੂਬਸੂਰਤੀ ਹੈਗੀ ਹੈ ਦੋਸਤੋ ਹਵਾਨੇ ਵੱਲੋਂ। ਮੈਂ ਤੁਹਾਨੂੰ ਬਿਲਕੁਲ ਨਜ਼ਦੀਕੀ ਤੋਂ ਦਿਖਾਊਂਗਾ, ਆਹ ਦੇਖੋ, ਆਹ ਲਓ ਜੀ, ਸੋਹਣੀ ਆਰਡਰ ਕੁਆਲਿਟੀ ਹੈਗੀ ਆ, ਅਤੇ ਆਹ ਜਿਹੜਾ ਫੇਸ ਦੀ ਕੁਆਲਿਟੀ ਦੇਖੋ, ਚੁਆਈ ਜਿਹੜੀ ਦੋਸਤੋ ਪ੍ਰੋਪਰ ਤੁਸੀਂ ਦੇਖਣ ਤੋਂ ਬਾਅਦ ਵੀਰ ਰਣਜੀਤ ਦੇ ਨਾਲ ਜਿਹੜਾ ਸੰਪਰਕ ਕਰ ਲਿਓ, ਚੁਆਈ ਜਿਹੜੀ ਆ ਕਿੱਦਾਂ ਦੀ ਲੱਗੀ ਹੈਗੀ ਆ ਪ੍ਰੋਪਰ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਜਾਣੀ ਆ, ਠੀਕ ਆ। ਪਿੱਠ ਪੁੱਠੇ ਦੀ ਰਾਜੀ ਆ, ਅਤੇ ਇਹ ਹਾਈਟ ਜਿਹੜੀ ਮੀਡੀਅਮ, ਅਤੇ ਵੀਰ ਰਣਜੀਤ ਮੁੱਲ ਕਿੰਨਾ ਇਹਦਾ ਰੱਖਿਆ? ਇਹਦੇ ਥੱਲੇ ਵੀਰ ਜੀ 10+ 2 ਦਿਆ। ਅੱਛਾ, ਨੈੱਟ ਹੁਣ? ਹਾਂਜੀ ਨੈੱਟ ਹੁਣ, ਦੁੱਧ ਤੇ ਫਿਰ ਚੱਲ ਰਹੀ ਇੱਕ ਹਫ਼ਤੇ ਦੁੱਧ ਤੇ? ਹਾਂਜੀ ਹਾਂਜੀ, ਇਹਦਾ ਵੀਰ ਜੀ ਰੇਟ ਹੈਗਾ 66,000 ਰੁਪਏ। 66,000? ਹਾਂਜੀ, ਠੀਕ ਆ। 10 ਕਿਲੋ ਆਪਣਾ ਕੋਈ ਵੀਰ ਆਵੇ, 2 ਟਾਈਮ 4 ਟਾਈਮ ਕਰੋ ਤੁਸੀਂ, ਪਲੱਸ ਚੱਲਦਾ, 10 ਤੋਂ ਪਲੱਸ ਹੋਊਗਾ, ਠੀਕ ਆ। ਆਪਾਂ ਪਰ 10 ਕਹਿ ਕੇ, 10 ਤੇ ਕਹਿ ਕੇ ਦੇਵਾਂਗੇ, ਕਿਉਂਕਿ ਆਪਣੇ ਵੀਰਾਂ ਨੇ ਨਾ ਬੜਾ ਵੀਡੀਓ ਨੂੰ ਬੜਾ ਮਾਣ ਕੀਤਾ, ਬੜਾ ਕਮੈਂਟ ਆਉਂਦੇ, ਠੀਕ ਆ, ਇਹ ਕਰਕੇ ਥੋੜੀ ਲੇਟ ਹੋ ਜਾਂਦੀ ਹੈ, ਪਰ ਆਪਾਂ ਵੀਡੀਓ ਜਿਹੜੀ ਪਾਉਣੀ ਹੈ ਨਾ, ਬਿਲਕੁਲ 10 ਦਿਨਾਂ ਨੂੰ ਪਾਈਏ, ਪਾਵਾਂਗੇ ਚੰਗੇ, ਠੀਕ ਆ। ਸੋ ਦੋਸਤੋ, ਵੀਰਾਂ ਦਾ ਵੀ ਜਿਹੜਾ ਐਪਰੀਸ਼ੀਏਟ ਕਰਦੇ ਪਏ ਹੋ ਤੁਸੀਂ ਆਪਣੇ ਜਿਹੜੇ ਪਸ਼ੂ ਆਪਾਂ ਲਿਆਉਣੇ ਆ, ਬੜਾ ਮਾਣ ਪਿਆਰ ਦਿੰਦੇ ਹੋ ਕਮੈਂਟਾਂ ਦੇ ਵਿੱਚ, ਚੰਗੇ ਕਮੈਂਟ ਆਉਂਦੇ ਆ ਵੀਰਾਂ ਦਾ, ਅਤੇ ਚੰਗੇ ਕੰਮ ਨੂੰ ਜਿਹੜਾ ਦੋਸਤੋ ਚੰਗਾ ਕਿਹਾ ਜਾਂਦਾ। ਅਤੇ 10 ਕਿਲੋ+ ਹੈਗਾ, 10 ਤੋਂ+ ਜਿਹੜਾ ਇਸ ਦੇ ਥੱਲੇ ਜਾਂ ਦੋਸਤੋ ਹੁਣ ਮੌਕੇ ਦਾ ਦੁੱਧ ਆ, ਅਤੇ ਤੁਸੀਂ ਵੈਸੇ 10 ਕਿਲੋ ਹੀ ਮੰਨ ਕੇ ਚੱਲੋ, 2 ਟਾਈਮ 4 ਟਾਈਮ ਤਸੱਲੀ ਤੁਸੀਂ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ, ਠੀਕ ਹੈ ਜੀ। ਅਤੇ ਰਣਜੀਤ ਭਾਈ, ਚੁਆਈ ਦੀ ਬਾਅਦ 'ਚ ਹੋਣੀ ਜਾਂ ਕੋਈ? ਹਾਂਜੀ, ਚਲੋ ਕਰਾ ਦਿਓ ਨਾਲ ਜੀ, ਨਾਲੋਂ ਨਾਲ ਜਿਹੜੀ ਆਪਾਂ ਚੁਆਈ ਕਰਵਾ ਦੇਣੀ ਹੈ ਦੋਸਤੋ, ਠੀਕ ਹੈ। ਬੱਚਾ ਛੱਡਦੇ ਹਾਂ, ਫੀਮੇਲ ਜਿਹੜੀ ਕੱਟੀ ਹੈ ਨੀਚੇ, ਆਹ ਦੇਖੋ ਬੱਚਾ,
ਪਸ਼ੂ ਆ ਜਿਹੜੇ ਆਲਮੋਸਟ ਦੋਸਤੋ ਚੰਗੇ ਹੁੰਦੇ ਆ ਤਕਰੀਬਨ ਪਸ਼ੂ, ਜਿੱਥੋਂ ਜਿੱਥੋਂ ਵੀ ਦਿਖਾਈਏ ਕਿਸੇ ਨੂੰ ਕਿਸੇ ਤਰ੍ਹਾਂ ਦਾ ਪਸ਼ੂ ਪਸੰਦ ਆਉਂਦਾ, ਕਿਸੇ ਨੂੰ ਕਿਸੇ ਤਰ੍ਹਾਂ ਦਾ। ਬਾਕੀ ਬਾਈ ਰਣਜੀਤ ਦੇ ਜਿੱਦਾਂ ਕੰਮ ਹੈਗੇ ਵੀ ਘਰੋਂ ਪਸ਼ੂ ਅੱਗੋਂ ਖਰੀਦ ਕੇ ਲੈ ਕੇ ਆਉਂਦਾ, ਲੱਭਣਾ ਪਸ਼ੂ ਜਿਹੜਾ ਦੋਸਤੋ ਘਰੋਂ ਲੱਭਣਾ ਚੰਗਾ ਲੱਭਣਾ, ਅਤੇ ਤੁਹਾਡੀ ਕਚਹਿਰੀ ਦੇ ਵਿੱਚ ਵੀ ਜਿਹੜਾ ਚੰਗਾ ਪੇਸ਼ ਕਰਨਾ ਹੈਗਾ ਪਸ਼ੂ, ਠੀਕ ਆ। ਅਤੇ ਚਵਾਈ ਪ੍ਰੋਪਰ ਆਪਾਂ ਦਿਖਾ ਦਿੰਦੀ ਹਾਂ, ਬੱਚਾ ਛੱਡ ਦਿੱਤਾ ਪਸਮਾ ਤੋਂ ਬਾਅਦ। ਬਿਲਕੁਲ ਜਿਹੜਾ ਪਸਮਾ ਹੋ ਗਿਆ ਦੋਸਤੋ, ਅਤੇ ਵੀਡੀਓ ਜਿਹੜੀ ਮੈਂ ਜ਼ਿਆਦਾ ਲੰਬੀ ਨਹੀਂ ਕਰਨੀ ਗੀ, ਅਕਸਰ ਜਿਹੜੀ ਆ ਦੋਸਤੋ ਚਵਾਈਆਂ ਦੇ ਵਿੱਚ ਵੀਡੀਓ ਥੋੜ੍ਹੀ ਲੰਬੀ ਹੋ ਜਾਂਦੀ ਆ। ਅਤੇ ਆਹ ਥਣ ਦੀ ਕੁਆਲਿਟੀ ਬਿਲਕੁਲ ਜਿਹੜੀ ਸਾਹਮਣੇ ਆਈ ਆ, ਆਹ ਦੇਖੋ ਜੀ ਮਗਰਲੇ ਥਣਾਂ ਦਾ ਜਿਹੜਾ ਚਵਾ ਦੇਖੋ, ਆਹ ਅਗਲੇ ਥਣਾਂ ਦਾ ਚਵਾ ਦੇਖੋ ਜੀ, yeah।
ਠੀਕ ਹੈ ਜੀ, ਬਸ ਹੋ ਗਿਆ ਕੰਪਲੀਟ ਇਧਰੋਂ ਹੋ ਗਿਆ ਦੁੱਧ ਹੈਗਾ ਬੱਚਿਆਂ ਛੱਡ ਦਾਂਗੇ। ਹਾਂ ਹਜੇ ਵੀ ਜਿਹੜਾ 200 ਬਿਲਕੁਲ ਤੁਸੀਂ ਵੇਖੋ ਜਿਹੜੀ ਬਾਲਟੀ ਹੈਗੀ ਆ ਪੂਰੀ ਭਰ ਦਿੱਤੀ ਹੈ ਵੀਰ ਨੇ, ਅਤੇ ਦੁੱਧ ਜਿਹੜਾ ਹੁਣ ਥੱਲੇ ਵੀ ਹੈਗਾ ਇਹ ਬੱਚੇ ਨੂੰ ਛੱਡਿਆ ਜਾਊਗਾ, ਹਜੇ ਬਿਲਕੁਲ ਇਹਦਾ ਖਾਲੀ ਨਹੀਂ ਹੋਏਗਾ ਥਣ। ਇਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਜਿਹੜੀ ਦੋਸਤੋ ਮੱਝ ਆ ਉਹ ਵੀ ਆਪਾਂ ਵੀਰ ਤੋਂ ਪੁੱਛ ਲੈਂਦੇ ਹਾਂ। ਅਤੇ ਵੀਰ ਜੀ ਬਰੀਡ ਵਿੱਚ ਨੀਲੀ ਦੇ ਵਿੱਚ ਹੀ ਆ ਗਈ ਥੋੜ੍ਹੀ ਜਿਹੀ ਨਾ ਪੱਖ ਥੋੜ੍ਹਾ ਆ ਗਿਆ, ਠੀਕ ਆ। ਅਤੇ ਸੂਹਾ ਕਿੰਨਵਾਂ ਸੂਈ ਹੈ ਵੀਰੇ? ਦੂਜਾ ਸੂਹਾ ਹੀ ਆ। ਠੀਕ ਆ ਜੀ, ਇਹ ਵੀਰ ਜੀ ਪਰਸੋਂ ਰਾਤ ਸੂਈ ਹੈ। ਠੀਕ ਆ, ਨਾੜੂ ਬੱਚੇ ਦੇ ਨਾਲ ਇਹਦੇ ਮਗਰ ਫੀਮੇਲ ਕੱਟੀ ਆ ਗਈ ਇਸ ਦੇ ਮਗਰ ਵੀ। ਦੂਜਾ ਸੂਹਾ ਦੋਸਤੋ ਸੂਈ ਪਰਸੋਂ ਦੀ ਸੂਈ ਹੈ ਨਾ ਜੀ? ਹਾਂਜੀ ਪਰਸੋਂ ਦੀ ਸੂਈ ਆ। ਅਤੇ ਬੱਚਾ ਜਿਹੜਾ ਫੀਮੇਲ ਵੇਖੋ ਬਿਲਕੁਲ ਗਿੱਲਾ ਨਾੜੂ, ਆਹ ਵੇਖੋ ਨਾਲ ਆ ਵੇਖੋ ਸੁੱਕਾ ਜੀ। ਨਹੀਂ ਨਹੀਂ ਬਹੁਤ ਵਧੀਆ ਜੀ, ਆਹ ਵੇਖੋ। ਸੋ ਹਰ ਇੱਕ ਵੀਰਾਂ ਭਰਾਵਾਂ ਦੀ ਜਿਹੜੀ ਚੁਆਇਸ ਹੁੰਦੀ ਆ ਵੀ ਮਗਰ ਵੀ ਕੱਟੀ ਹੋਣੀ ਚਾਹੀਦੀ ਆ। ਅਤੇ ਆਹ ਵੇਖੋ ਪਿੱਠ ਪੁੱਠੇ ਦੀ ਬਿਲਕੁਲ ਰਾਜ਼ੀ ਆ ਦੋਸਤੋ, ਹਵਾਨੇ ਆਰਡਰ ਕੁਆਲਿਟੀ ਜਿਹੜੀ ਆ ਬਹੁਤ ਖੂਬਸੂਰਤ ਚੰਗਾ ਸੋਹਣਾ ਜਿਹੜਾ ਥਣ ਲੇਵਾ ਲੱਗਾ ਹੈਗਾ। ਅਤੇ ਆਹ ਕਰੋ ਚੈੱਕ, ਆਹ ਦੇਖੋ ਜੀ ਬਹੁਤ ਵਧੀਆ ਜਿਹੜਾ ਥਣ ਲੇਵਾ ਦੋਸਤੋ, ਵੇਖ ਕੇ ਚੈੱਕ ਕਰੋ ਖੁੱਲ੍ਹਾ ਜਿਹੜਾ ਬਿਲਕੁਲ ਚੌਰਸ ਥਣ ਲੇਵਾ, ਅਤੇ ਜਿਹੜੇ ਥਣ ਹੈਗੇ ਦੋਸਤੋ ਬਿਲਕੁਲ ਚੰਗੇ ਸੋਹਣੇ ਗਾਇਬ ਅੰਤਰ 'ਤੇ। ਬਾਕੀ ਮਿਲਕ ਬੌਲੇ ਦੇ ਵਿੱਚ ਉਹ ਆਪਣੇ ਵੀਰ ਤੋਂ ਪੁੱਛ ਲੈਂਦੇ ਹਾਂ, ਠੀਕ ਹੈ ਜੀ। ਕੱਦ ਕਾਠ ਪੂਰਾ ਹੈਗਾ ਦੋਸਤੋ, ਕੱਦ ਕਾਠ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਝੋਟੀ ਦਿਖਾਈ ਦੂਜੇ ਸੂਬੇ ਵਾਲੀ, ਉਸ ਤੋਂ ਜਿਹੜਾ ਪਲੱਸ ਜਿਹੜਾ ਇਸਦਾ ਕੱਦ ਕਾਠ ਹਾਈਟ ਵਿੱਚੋਂ ਫੁੱਲ ਹੈਗੀ ਆ। ਅਤੇ ਬਾਈ ਰਣਜੀਤ ਕਿੰਨੇ ਕੁ ਬੌਲੇ ਦੇ ਵਿੱਚ ਹੁਣ ਚੱਲ ਰਿਹਾ? 11 ਪਲੱਸ ਆ ਜੀ, ਠੀਕ ਹੈ ਉੱਪਰ ਹੀ ਬੌਲਾ, ਠੀਕ ਹੈ ਜੀ। 11 ਕਿਲੋ ਤੋਂ ਜਿਹੜਾ ਦੋਸਤੋ ਉੱਪਰ ਬੌਲਾ ਹੈਗਾ ਇਸਦੇ ਥੱਲੇ, ਠੀਕ ਹੈ। ਅਤੇ ਦੁੱਧ ਤੁਸੀਂ ਅੱਗੇ ਅਕਾਊਂਟ ਕਰ ਸਕਦੇ ਜੇ, ਜਿੰਨਾ ਮਰਜ਼ੀ ਲੈ ਸਕਦੇ, 12, 13, 14 ਤੱਕ ਵੀ ਜਿਹੜਾ ਮਿਲਕ ਲੈ ਸਕਦੇ। ਚੰਗੀ ਜਿਹੜੀ ਦੋਸਤੋ ਝੋਟੀ ਆ, ਦੂਜਾ ਸੂਹਾ ਸੂਈ ਆ ਨੀਚੇ ਕੱਟੀ, ਅਤੇ ਬੱਚਾ ਛੱਡ ਕੇ ਆਪਾਂ ਜਿਹੜੀ ਆ ਚੁਆਈ ਇਸ ਦੀ ਵੀ ਹਜੇ ਪਈ ਹੋਈ ਆ ਕਰਨ ਵਾਲੀ, ਇਹ ਵੀ ਆਪਾਂ ਤੁਹਾਨੂੰ ਜਿਹੜੀ ਥਣਾਂ ਦੀ ਆ ਚੈੱਕ ਪਾਸ ਕਰਵਾ ਦਿੰਦੇ ਹਾਂ, ਠੀਕ ਹੈ ਜੀ। ਆ ਬੱਚਾ ਛੱਡ ਦਿੱਤਾ ਥੱਲੇ, ਆ ਲਓ ਜੀ। ਸੋ ਬਾਕੀ ਦੋਸਤੋ ਆਪਣਾ ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਜਦੋਂ ਕੋਈ ਚੀਜ਼ ਲੈਣੀ ਹੁੰਦੀ ਖਰੀਦਣੀ ਹੁੰਦੀ ਆ, ਚੰਗੇ ਪਸ਼ੂ ਜ਼ਰੂਰ ਤੁਸੀਂ ਖਰੀਦਣੇ ਹੁੰਦੇ ਆ, ਤਾਂ ਜ਼ਰੂਰ ਵਿਜਿਟ ਕਰਕੇ ਤਸੱਲੀ ਇੱਕ ਟਾਈਮ ਦੀ ਦੋ ਟਾਈਮ ਜ਼ਰੂਰ ਕਰ ਲਿਆ ਕਰੋ। ਬਾਕੀ ਬਾਈ ਰਣਜੀਤ ਜਿਹੜਾ ਪਸ਼ੂ ਵਪਾਰ ਦਾ ਕੰਮ ਆ, ਕੋਈ ਦੂਰੋਂ ਦੁਰਾਡੇ ਜਾ ਕੇ ਭੈਣ ਭਰਾ ਆਉਂਦਾ ਵੀ ਹੈਗਾ ਅਤੇ ਕਈ ਵਾਰ ਹਨੇਰਾ ਸਵੇਰਾ ਹੋ ਜਾਂਦਾ, ਬਾਕੀ ਰਹਿਣ ਦੀ ਵੀ ਕੋਈ ਦਿੱਕਤ ਨਹੀਂ ਹੈਗੀ। ਆਪਦੀ ਸ਼ਾਮ ਦੀ ਚੁਆਈ ਕਰੋ, ਸੁਬਹਾ ਦੀ ਚੁਆਈ ਕਰੋ, ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਤਾਲਮੇਲ ਤੁਹਾਡਾ ਬਣਦਾ ਅਤੇ ਪਸ਼ੂ ਲੈ ਕੇ ਤੁਸੀਂ ਜਾ ਸਕਦੇ ਜੀ। ਹੁਣ ਜਿਹੜਾ ਇੱਕ ਟਾਈਮ ਦੀ ਚੁਆਈ ਕਰਨ ਦਾ ਮਤਲਬ ਇਹੋ ਹੁੰਦਾ ਦੋਸਤੋ, ਕਈ ਵੀਰ ਔਨਲਾਈਨ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦੇ ਆ, ਪਰ ਜਿਹੜੀ ਮੈਂ ਪਹਿਲ ਦੇਊਂਗਾ ਵੀ ਤੁਸੀਂ ਜਿਹੜੀ ਵਿਜਿਟ ਕਰਕੇ ਤਸੱਲੀ ਕਰਕੇ ਇੱਕ ਦੋ ਟਾਈਮ ਦੀ ਆਪ ਵੀ ਆਪਣੇ ਹੱਥੀਂ ਜ਼ਰੂਰ ਫਿਰ ਜਿਹੜਾ ਪਸ਼ੂ ਲੈ ਕੇ ਜਾਇਆ ਕਰੋ। ਬਾਕੀ ਔਨਲਾਈਨ ਕਈ ਵੀਰ ਕਰ ਲੈਂਦੇ ਆ ਵੀ ਟਾਈਮ 'ਚੋਂ ਟਾਈਮ ਕੱਢਣਾ ਔਖਾ ਹੁੰਦਾ ਵੀ ਨਹੀਂ ਪਹੁੰਚ ਹੁੰਦੀ ਘਰੇ, ਅਤੇ ਉਹਨਾਂ ਵੀਰਾਂ ਲਈ ਇਹ ਵੀ ਬਿਲਕੁਲ ਥਣਾਂ ਦੀ ਚੈੱਕ ਪਾਸ, ਇੱਕ ਟਾਈਮ ਦਾ ਦੁੱਧ ਬੌਲੇ ਦੇ ਵਿੱਚ ਕਿੰਨਾ ਚੱਲ ਰਿਹਾ ਉਹ ਦਿਖਾਇਆ ਜਾਵੇ, ਤਾਂ ਜੋ ਤੁਸੀਂ ਔਨਲਾਈਨ ਸੌਦਾ ਵੀ ਕਰ ਸਕੋ, ਠੀਕ ਹੈ।
ਆਹ ਪਿਛਲੇ ਥਣਾਂ ਦਾ ਜਿਹੜਾ ਜਵਾਬ ਦੋਸਤੋ ਤੁਸੀਂ ਕਰੋ ਚੈੱਕ ਅਤੇ ਆਹ ਦੇਖੋ ਜੀ ਠੀਕ ਹੈ ਸੋ ਦੋਸਤੋ ਚਵਾਈ ਜਿਹੜੀ ਕੰਪਲੀਟ ਹੋ ਗਈ ਅਤੇ ਬਿਲਕੁਲ ਦੁੱਧ ਜਿੱਦਾਂ ਤੁਸੀਂ ਵੇਖ ਸਕਦੇ ਹੋ ਠੀਕ ਹੈ ਠੀਕ ਆ ਅਰਜੀਤ ਵੀਰੇ ਦਾ ਮੁੱਲ ਕਿੰਨਾ ਸੀ ਰਹਿ ਗਿਆ ਸੀ ਇਹਦਾ ਮੁੱਲ ਵੀ ਜੀ 90000 ਰੁਪਏ 90 ਆ ਹਾਂਜੀ ਠੀਕ ਆ ਕੋਈ ਦੇ ਲੈ ਕੋਈ ਛੋਟ ਛਾਟ ਹਾਂ ਛੋਟ ਹੋ ਜਾਏਗੀ ਛੋਟ ਸੋ ਦੋਸਤੋ ਕਰੋ ਚੈੱਕ 90000 ਵੀਰ ਨੇ ਡਿਮਾਂਡ ਕੀਤੀ ਆ ਅਤੇ ਜਿਹੜਾ ਮਾਨ ਤੁਹਾਨੂੰ ਦੋਸਤੋ ਕੋਈ ਗੁੰਜਾਇਸ਼ ਹੈਗੀ ਉਹ ਮੌਕੇ 'ਤੇ ਹੋ ਜਾਏਗੀ ਜਦੋਂ ਤੁਸੀਂ ਘਰ ਵਿਜਿਟ ਕੀਤੀ ਇੱਕ ਤੀਜੇ ਨੰਬਰ 'ਤੇ ਵੀਰ ਦੇ ਕੋਲ ਹੋਰ ਜਿਹੜੀ ਮੱਝ ਆ ਦੋਸਤੋ ਵੱਡੇ ਕੱਦ ਕਾਟ ਦੇ ਵਿੱਚ ਆ ਅਤੇ ਹੈਵੀ ਮੱਝ ਆ ਉਹ ਵੀ ਆਪਾਂ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਦੋਸਤੋ ਵੱਡੇ ਕੱਦ ਕਾਟ ਦੇ ਵਿੱਚ ਕਿਹੜੀ ਲਾਸਟ ਐਂਡ ਫਾਈਨਲ 'ਤੇ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਦੋਸਤੋ ਪੁੱਛਦੇ ਹਾਂ ਕੀ ਡਿਟੇਲ ਹੈਗੀ ਆ ਰਣਜੀਤ ਵੀਰੇ ਕਿਨਮਾ ਸੂਆ ਸੂਈ ਏ ਇਹ ਦੂਜਾ ਨੇ ਹੈ ਵੱਡੇ ਕੱਦ ਕਾਟ ਦੇ ਵਿੱਚ ਆ ਵੱਡਾ ਜਿਹੜਾ ਦੋਸਤੋ ਐਕਸਟਰਾ ਆਰਡਨਰੀ ਜਿਹੜਾ ਕੱਦ ਕਾਠ ਆ ਵੇਲ ਵੂਲ ਬਹੁਤ ਲੰਬੀ ਆ ਅਤੇ ਪਿੱਠ ਪੁੱਠੇ ਤੋਂ ਵੇਖੋ ਬਹੁਤ ਚੌੜੀ ਜਿਹੜੀ ਦੋਸਤੋ ਵੀਰ ਦੇ ਕੋਲ ਇਹ ਮੱਝ ਅਤੇ ਹਵਾਨਾ ਬਹੁਤ ਖੂਬਸੂਰਤ ਆ ਅਤੇ ਦਿਨ ਕਿੰਨੇ ਦੱਸਿਆ ਵੀਰ ਵੀਹ ਦਿਨ ਹੋ ਗਏ 10 ਤੋਂ 12 ਦਿਨ ਜਿਹੜਾ ਸਮਾਂ ਹੋ ਗਿਆ ਫੀਮੇਲ ਕੱਟੀ ਇਸ ਦੇ ਨੀਚੇ ਬੱਚਾ ਜਿਹੜਾ ਹੋ ਨਾ ਮਗਰ ਆਹ ਬੱਚਾ ਦੇਖ ਲਓ ਆਹ ਕੱਟੀ ਜਿਹੜੀ ਹੈਗੀ ਆ ਮਗਰ ਅਤੇ 10 ਤੋਂ 12 ਦਿਨ ਵੀਰ ਕਹਿੰਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਅਤੇ ਇਹਨੂੰ ਖੋਲ੍ਹ ਕੇ ਆਪਾਂ ਤੋਰ ਕੇ ਦਿਖਾਉਂਦੇ ਹਾਂ ਉਸ ਤੋਂ ਬਾਅਦ ਪ੍ਰੋਪਰ ਜਿਹੜਾ ਮਿਲਕ ਕਿੰਨੇ 'ਤੇ ਚੱਲ ਰਹੀ ਆ ਉਹ ਬਾਅਦ 'ਚ ਪੁੱਛ ਲੈਂਦੇ ਹਾਂ ਵੀਰ ਤੋਂ ਇੱਕ ਵਾਰੀ ਜਿਹੜੀ ਆ ਤੁਸੀਂ ਬਿਲਕੁਲ ਸਕੈਨ ਕਰ ਲਓ ਦੋਸਤੋ ਆਪਣੀਆਂ ਅੱਖਾਂ ਰਾਹੀਂ ਵੱਡੇ ਕੱਦ ਕਾਠ ਦੇ ਵਿੱਚ ਅਤੇ ਚੰਗਾ ਸੋਹਣਾ ਹਵਾਨਾ ਹੈ ਦੋਸਤੋ ਸੋ ਬਹੁਤੇ ਵੀਰਾਂ ਦੀ ਡਿਮਾਂਡ ਆ ਦੋਸਤੋ ਬਹੁਤੇ ਵੀਰ ਸੰਪਰਕ ਕਰਦੇ ਆ ਵੱਡੇ ਕੱਦ ਕਾਠ ਦੇ ਵਿੱਚ ਹਵਾਨੇ ਦੇ ਵਿੱਚ ਚੰਗੀ ਮਿਲਕਿੰਗ ਵਾਲੀ ਜਿਹੜੀ ਮੱਝ ਲੱਭਦੇ ਪਏ ਹੋ ਝੋਟੀ ਲੱਭਦੇ ਹੋ ਦੋਸਤੋ ਤਾਂ ਤੁਸੀਂ ਇਹ ਜਿਹੜੀ ਖਰੀਦ ਸਕਦੇ ਹੋ ਦੋ ਟਾਈਮ ਦੀ ਉਸ ਤੋਂ ਪਹਿਲਾਂ ਜਿਹੜੀ ਚਵਾਈ ਆ 3 ਟਾਈਮ ਦੀ ਆ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਜ਼ਰੂਰ ਕਰ ਲਿਓ ਘਰ ਵਿਜਿਟ ਕਰਕੇ ਅਤੇ ਬਾਕੀ ਜਿਹੜੀ ਆ ਔਨਲਾਈਨ ਹੈਗੀ ਦੋਸਤੋ ਮੈਂ ਤੁਹਾਨੂੰ ਉਹ ਵੀ ਦਿਖਾਈ ਦੇਣੀ ਆ ਚਵਾਈ ਪ੍ਰੋਪਰ ਇੱਕ ਟਾਈਮ ਦੀ ਆਪਾਂ ਦੋ ਪਸ਼ੂਆਂ ਦੀ ਵਿਖਾ ਚੁੱਕੇ ਹਾਂ
ਤੇ ਤੀਜੇ ਨੰਬਰ ਤੇ ਇਹਦੀ ਜਵਾਈ ਵੀ ਜਿਹੜੀ ਆ ਉਹ ਵੀ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਰੱਖ ਦੇਣੀ ਹੈਗੀ ਆ। ਇਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਡਿਸੀਜਨ ਹੈ ਉਹ ਲੈ ਸਕਦੇ ਜੀ। ਠੀਕ ਆ ਰਣਜੀਤ ਵੀਰੇ, ਕਿੰਨੇ ਦੁੱਧ ਤੇ ਚੱਲ ਰਹੀ ਆ? ਗਿਆਰਾਂ ਤੇ ਬਾਰਾਂ ਦੇ ਦਰਮਿਆਨ। ਠੀਕ ਆ, ਤੇ ਦੁੱਧ ਤਕਰੀਬਨ ਹੋਰ ਵੀ ਕਰਨ ਦੀ ਸਵਾਲ ਹੋਵੇਗੀ? ਏਡੀ ਮੱਝ ਨੂੰ ਵੈਸੇ ਆਉਂਦਾ ਕੀ ਦੁੱਧ ਜੀ 14 ਕਿਲੋ? ਤੇ ਬਾਕੀ ਹੁਣ ਦੋਸਤੋ 11 ਤੋਂ 12 ਲੀਟਰ ਤੁਸੀਂ ਚੁਆਈ ਕਰ ਸਕਦੇ ਜੇ ਘਰ ਵਿਜਿਟ ਕਰਕੇ। ਬੱਚਾ ਛੱਡ ਦਿੰਦੇ ਹਾਂ, ਇੱਕ ਟਾਈਮ ਦੀ ਚੁਆਈ ਆਪਾਂ ਤੁਹਾਨੂੰ ਕਰਕੇ ਦਿਖਾ ਦਿੰਦੇ ਹਾਂ। ਬਾਕੀ ਤੁਸੀਂ ਟਾਈਮ ਟੂ ਟਾਈਮ ਚੁਆਈ ਕਰ ਲਿਓ। ਕੱਲ੍ਹ ਵੀਰ ਹੁਣ ਨੇ ਥੋੜ੍ਹਾ ਜਿਹਾ ਜਿਵੇਂ ਕਬੇਲੇ ਪਸ਼ੂ ਚੋਏ ਸੀ ਅਤੇ ਹੁਣ ਵੀ ਥੋੜ੍ਹਾ ਜਿਹਾ ਕਬੇਲਾ ਹੋ ਗਿਆ ਇੱਕ ਹਿਸਾਬ ਦਾ। ਅਤੇ ਬਾਕੀ ਜੇ 6 ਤੋਂ 6 ਚੁਆਈ ਕਰਨੀ, 7 ਤੋਂ 7 ਟਾਈਮ ਬੰਨ੍ਹ ਕੇ ਚੁਆਈ ਕਰ ਲਿਆ ਕਰੋ। ਉਸ ਤੋਂ ਬਾਅਦ ਤੁਸੀਂ ਆਪਣਾ ਸੌਦਾ ਕਰ ਸਕਦੇ ਹੋ। ਦੇਖੋ ਦੋਸਤੋ, ਬਿਲਕੁਲ ਪਸਮਾ ਜਿਹੜਾ ਹਵਾਨੇ ਦੀ ਬੰਟਰ ਆ ਦੇਖੋ। ਸੋ ਦੋਸਤੋ ਆਹ ਦੇਖੋ ਚੁਆਈ ਪ੍ਰੋਪਰ ਸਟਾਰਟ ਹੋ ਗਈ ਆ। ਅਤੇ ਮੈਂ ਤੁਹਾਨੂੰ ਜਿੰਨਾ ਵੀ ਹੁੰਦਾ ਥੋੜ੍ਹਾ ਕੋਲੋਂ ਦਿਖਾਉਣ ਦੀ ਕੋਸ਼ਿਸ਼ ਕਰਦਾ। ਭਾਈ ਰਣਜੀਤ, ਫਿਰ ਤੁਸੀਂ ਵੀ ਬਿਲਕੁਲ ਚੁਆਈ ਚੁਵਾਈ ਕਰਕੇ ਲਿਆਉਂਦੇ ਹੋ ਜਿਹੜਾ ਪਸ਼ੂ ਸੋਇਆ ਹੈਗਾ ਤਸੱਲੀ ਦੇ ਨਾਲ? ਵੀਰ ਜੀ, ਆਪਾਂ ਨੂੰ ਇਸੇ ਕਰਕੇ ਜ਼ਿਆਦਾ ਵੀਡੀਓ ਵਾਲੇ ਮਾਨ ਵੀਰ ਭਰਾ ਪਿਆਰ ਕਰਦੇ ਆ ਵੀ ਮੈਂ ਸੋਇਆ ਡੰਗਰ ਲੈਂਦਾ, ਡੱਬਲ ਲੈਂਦਾ ਹੀ ਨਹੀਂ। ਇੱਕ ਵੀਰਾਂ ਦੀ ਇਹ ਬੜੀ ਖਵਾਇਸ਼ ਸੀ ਵੀ ਵੀਰ ਜੀ ਸਾਨੂੰ ਫ੍ਰੀ ਮਿਲ ਕੱਟੀ ਚਾਹੀਦੀ ਹੈ, ਮਗਰ ਕਈ ਗਾਹਕ ਮੇਰੇ ਇਹੋ ਜਿਹੇ ਵੀਰ ਜਿਹੜੇ ਰੁਕੇ ਖੜੇ ਆ। ਬਿਲਕੁਲ ਬਿਲਕੁਲ। ਸੋ ਦੋਸਤੋ, ਹਰ ਇੱਕ ਵੀਰਾਂ ਦੀ ਆਪੋ ਆਪਣੀ ਖਵਾਇਸ਼ ਹੁੰਦੀ ਆ, ਅਤੇ ਜੇਕਰ ਵਪਾਰੀ ਵੀਰ ਉਹ ਪੂਰੀ ਕਰਦੇ ਨੇ ਤਾਂ ਬਹੁਤ ਚੰਗੀ ਗੱਲ ਆ। ਕਈ ਚੰਗੇ ਪਸ਼ੂ ਹੁੰਦੇ ਮਗਰ ਕੱਟੇ ਹੁੰਦੇ ਆ, ਅਤੇ ਉਹ ਫਿਰ ਕਈ ਉਹਨਾਂ ਕੱਟਿਆਂ ਦੇ ਕਰਕੇ ਵੀ ਲੈਣੋ ਨਾ ਕਰ ਦਿੰਦੇ ਆ ਪਸ਼ੂ, ਅਤੇ ਕੱਟੀਆਂ ਮਗਰ ਭਾਲਦੇ ਆ ਕਿਉਂਕਿ ਬੱਚੇ ਆ ਆਉਂਦੇ ਸਾਲ ਨੂੰ 1.5 ਸਾਲ ਨੂੰ ਮਗਰ ਕੱਟੀਆਂ ਜਿਹੜੀਆਂ ਕਿ ਝੋਟੀਆਂ ਬਣ ਜਾਂਦੀਆਂ, ਤਿਆਰ ਹੋ ਜਾਂਦਾ ਪਸ਼ੂ। ਅਤੇ ਆ ਜਾਓ ਜੀ। ਬਾਕੀ ਪਸ਼ੂ ਜਿਹੜੇ ਦੋਸਤੋ ਇੱਦਾਂ ਦੇ ਹੋਣੇ ਚਾਹੀਦੇ ਆ ਵੀ ਕੋਈ ਵੀ ਬਹਿ ਕੇ ਚੋਲੇ। ਕਈ ਵਾਰ ਵੀਰ ਚਾਹੁੰਦੇ ਆ ਚੁਆਈ ਕਰਦੇ ਆ, ਅਤੇ ਭੈਣਾਂ ਬੀਬੀਆਂ ਵਾਲੀਆਂ ਚੁਆਈ ਕਰਦੇ ਆ, ਪਸ਼ੂ ਨਹੀਂ ਕਰਵਾਉਂਦੇ ਗੇ ਚੁਆਈ। ਅਤੇ ਸਦਾ ਭਾਰ ਜਿਹਾ ਪਸ਼ੂ ਜਿਹੜਾ ਚਾਹੀਦਾ, ਤਕਰੀਬਨ ਕੋਈ ਭੈਣ ਬੜੇ ਆਰਾਮ ਨਾਲ ਚੁਆਈ ਕਰ ਸਕਦੀ ਹੈ ਨੀਚੇ ਬਹਿ ਕੇ। ਹਾਂਜੀ ਹਾਂਜੀ। ਪਸ਼ੂ ਵੀ ਬਦਲ ਬਦਲ ਕੇ ਬਹਿ ਕੇ ਚੁਆਈ ਕਰਨੀ ਚਾਹੀਦੀ? ਪਸ਼ੂ ਹੱਥ ਤਾਂ ਨਹੀਂ ਪੈਂਦਾ ਜੀ? ਨਹੀਂ ਪੈਂਦਾ, ਹੈ ਨਾ। ਕਈ ਵਾਰੀ ਮੈਂ ਤੇ ਵੈਸੇ ਹੀ ਪਸ਼ੂ ਘੱਟ ਚੋਣਾ, ਮੈਨੂੰ ਤੇ ਸਿਰਫ ਲਿਆ ਕੇ ਉਦੋਂ ਚੁਆਈ ਕਰਨੀ ਹੁੰਦੀ ਹੈ। ਠੀਕ ਆ। ਹਾਂ, ਜ਼ਿਆਦਾਤਰ ਮੈਂ ਮਾਤਾ ਕੋਲ ਚੋਣਾ। ਹਾਂ, ਕਈ ਵਾਰ ਉਨੀ ਕੀ ਹੋ ਜਾਂਦੀ, ਕਿਸੇ ਟਾਈਮ ਕੋਈ ਕਟੜੂ ਬਛੜੂ ਜਿਹੜਾ ਮਰ ਮੁੱਕ ਜਾਵੇ ਜਾਂ ਕੁਛ ਵੀ ਹੋ ਜਾਂਦਾ, ਫਿਰ ਨਾ ਹੱਥ ਤੇ ਨਹੀਂ ਪਸ਼ੂ ਪੈਂਦਾ ਗਾ, ਜਿਹੜਾ ਮਰਜ਼ੀ ਚੁਆਈ ਕਰ ਸਕਦਾ। ਤੇ ਪ੍ਰੋਪਰ ਜਿਹੜਾ ਦੋਸਤੋ ਇਸ ਤਰ੍ਹਾਂ ਹੋਣਾ ਵੀ ਆਪਾਂ ਜਿਹੜਾ ਪਸ਼ੂ ਲੈਣਾ ਪੈਸੇ ਦੇ ਕੇ ਲੈਣਾ, ਹਾਂ, ਪਾਟਾ ਨੋਟ ਨੀ ਅਗਲੇ ਨੂੰ ਦੇਣਾ, ਤੇ ਆਪਾਂ ਕਿਉਂ ਲੈਣੀ ਚੀਜ਼ ਉਹੋ ਜੀ? ਬਿਲਕੁਲ। ਬਾਕੀ ਹਰ ਇੱਕ ਵਪਾਰੀ ਵੀਰਾਂ ਨੂੰ ਜਿਹੜੇ ਘੱਟੋ ਘੱਟ ਵੀ ਥੋੜ੍ਹੀ ਬਹੁਤੀ ਨੌਲੇਜ ਰੱਖਦੇ ਆ, ਨਰਕ ਪਰਖ ਰੱਖਦੇ ਆ, ਉਹ ਥੋੜ੍ਹਾ ਜਿਹਾ ਆਪਦੀ ਨਰਕ ਪਰਖ ਵਧਾ ਦਿਓ, ਕਿਉਂਕਿ ਪਸ਼ੂ ਜਿਹੜੇ
ਹਰ ਕਿਸਾਨ ਵੀਰਾਂ ਨੇ ਪਸ਼ੂ ਪਾਲਕ ਵੀਰਾਂ ਨੇ ਖਰੀਦਣਾ ਹੁੰਦਾ, ਕਈਆਂ ਨੇ ਘਰ ਰੱਖਣੇ ਹੁੰਦੇ ਆ, ਕਈਆਂ ਨੇ ਅੱਗੇ ਚਲੋ ਨਫੇ ਲਈ ਵੀ ਪਸ਼ੂ ਲੈਣਾ ਹੁੰਦਾ, ਪਰ ਉੱਥੇ ਤੁਸੀਂ ਜਿਹੜੀ ਆਪਦੀ ਨਰਕ ਪਰਖਾ ਚੰਗੀ ਤਰ੍ਹਾਂ ਕਰਕੇ ਪਸ਼ੂ ਲਿਆ ਕਰੋ, ਆਪਦਾ ਇਕੱਲਾ ਨਫਾ ਤੱਕ ਕੇ ਮਾੜਾ ਪਸ਼ੂ ਜਿਹੜਾ ਅੱਗੇ ਵੀਡੀਓ 'ਤੇ ਨਾ ਪਵਾਇਆ ਕਰੋ, ਇਹ ਮੇਰੀ ਰਿਕੁਐਸਟ ਆ ਦੋਸਤਾਂ ਸਾਰਿਆਂ ਨੂੰ, ਅਤੇ ਚੰਗਾ ਪਸ਼ੂ ਹੈਗਾ ਉਹ ਵੀਡੀਓ 'ਤੇ ਪਵਾਇਆ ਕਰੋ, ਜਿਹਦੇ 'ਚ ਕੋਈ ਕਮੀ ਪੇਸ਼ੀ ਹੈਗੀ ਹੈ ਪਸ਼ੂ ਮਾੜਾ ਅੱਗੇ ਕਿਸੇ ਦੇ ਘਰ ਚਲੇ ਜਾਣਾ, ਉਹ ਫਿਰ ਲਾਂਭੇ ਦੀ ਥਾਂ ਬਣ ਜਾਣਾ ਦੋਸਤੋ, ਇਹੋ ਜਿਹਾ ਪਸ਼ੂ ਨਾ ਪਵਾਇਆ ਕਰੀਏ ਵੀਡੀਓ 'ਤੇ, ਅਤੇ ਇਹ ਜਿਹੜੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਅਤੇ ਗੌਰ ਕਰਿਓ ਮੇਰਾ ਵੀਰ, ਅਤੇ ਪਸ਼ੂ ਜਿਹੜੇ ਆ ਰਣਜੀਤ ਬਾਈ ਦੇ ਤੁਸੀਂ ਜ਼ਰੂਰ ਵੇਖ ਲਿਓ, ਇੱਕ ਟਾਈਮ ਦੋ ਟਾਈਮ 200 ਚਵਾਈ ਕਰਕੇ ਹੀ ਪਸ਼ੂ ਖਰੀਦਿਆ ਜਾਂਦਾ, ਉਸ ਤੋਂ ਬਾਅਦ ਆਹ ਦੇਖੋ ਜੀ ਚੰਗਾ ਪਸ਼ੂ ਤੁਹਾਨੂੰ ਦੋਸਤੋ, ਜਦੋਂ ਪੈਸੇ ਬਹੁਤ ਮਿਹਨਤ ਨਾਲ ਬਣਦੇ ਆ, ਪੈਸਾ ਲਾਉਣਾ ਬਹੁਤ ਔਖਾ, ਜੇਕਰ 50-40 ਹਜ਼ਾਰ ਵੀ ਲਾਉਣਾ ਕਿਸੇ ਪਸ਼ੂ 'ਤੇ ਤਾਂ ਉਹ ਵੀ ਬਹੁਤ ਔਖਿਆਈ ਨਾਲ ਲੱਗਦਾ ਹੈਗਾ, ਇਸ ਕਰਕੇ ਪਸ਼ੂ ਜਿਹੜੇ ਆਪਣੇ ਵਪਾਰੀ ਵੀਰ ਨੇ ਉਹਨਾਂ ਨੂੰ ਸਦਾ ਖਾਸ ਤੌਰ 'ਤੇ ਜਿਹੜੀ ਬੇਨਤੀ ਹੈਗੀ ਆ, ਵੀਡੀਓ ਤੁਸੀਂ ਪਾਉਣੀ ਹੁੰਦੀ ਹੈ ਲਾਜ਼ਮੀ ਜ਼ਰੂਰ ਪਾਉਣੀ ਹੈ, ਕੋਈ ਗੱਲ ਨਹੀਂ ਜੀ ਸਦਕੇ ਆ, ਪਰ ਕਿਸੇ ਦੇ ਘਰ ਕੋਈ ਮਾੜਾ ਪਸ਼ੂ ਨਾ ਜਾਵੇ, ਆਪਣੀ ਨਰਕ ਪਰਖੋ ਕਰਕੇ ਚੰਗਾ ਪਸ਼ੂ ਦਿਆ ਕਰੋ, ਇੱਕ ਟਾਈਮ ਦੀ ਚਵਾਈ ਕਰਕੇ ਦੋ ਟਾਈਮ ਦੀ, ਅਤੇ ਬਾਕੀ ਪਸ਼ੂ ਪਾਲਕ ਵੀਰਾਂ ਨੂੰ ਵੀ ਮੇਰੀ ਬੇਨਤੀ ਆ, ਜਿਹੜੇ ਅੱਗੇ ਡੇਅਰੀ ਫਾਰਮਿੰਗ ਲਈ ਚਾਹੇ ਘਰ ਦੇ ਕਾਰੋਬਾਰ ਲਈ ਕੰਮ ਲਈ ਪਸ਼ੂ ਖਰੀਦਣਾ ਤੁਸੀਂ, ਅਤੇ ਪਸ਼ੂ ਸੋਇਆ ਸੋਇਆ ਹੀ ਜ਼ਿਆਦਾ ਖਰੀਦੋ, ਢੁੱਕੇ ਪਸ਼ੂ ਦੇ ਵਿੱਚ ਪਤਾ ਨਹੀਂ ਗਾ ਕੱਲ੍ਹ ਨੂੰ ਕੀ ਨਿਕਲਣਾ ਹੈਗਾ, ਜ਼ੋਰ ਪ੍ਰੋਪਰ ਪਵੇ ਨਾ ਪਵੇ, ਕੋਈ ਹੋਰ ਕਮੀ ਪੇਸ਼ੀ ਪਸ਼ੂ ਦੇ ਅੰਦਰ ਆ ਜਾਵੇ, ਅਤੇ ਪੂਰਾ ਸੀਜ਼ਨ ਜਿਹੜਾ ਹੈਗਾ ਸਾਲ ਭਰ ਜਿਹੜਾ ਪਸ਼ੂ ਦੁੱਧ 'ਤੇ ਨਹੀਂ ਆਉਂਦਾ ਗਾ, ਇਸ ਕਰਕੇ ਪਸ਼ੂ ਸੋਇਆ ਸੋਇਆ ਕੋਈ 10-15 ਦਿਨ ਸੋਇਆ ਸੋਇਆ ਪਸ਼ੂ ਹੀ ਖਰੀਦੋ ਜ਼ਿਆਦਾਤਰ, ਉਹਦੇ ਵਿੱਚ ਕੀ ਹੁੰਦਾ ਵੀ ਪੂਰੇ ਪੀਕ ਲੈਵਲ ਦਾ ਕਿੰਨਾ ਕੁ ਦੁੱਧ ਚੱਲ ਰਿਹਾ, ਕੋਈ 10 ਲੀਟਰ 8 ਲੀਟਰ 12 ਲੀਟਰ, ਉਹ ਬਿਲਕੁਲ ਤੁਹਾਡੇ ਸਾਹਮਣੇ ਹੁੰਦਾ, ਦੋ ਟਾਈਮ ਦੀ ਚਵਾਈ ਕਰਕੇ ਤੁਸੀਂ ਜਿਹੜਾ ਉਹਨੂੰ ਸਹੀ ਸਿੱਧ ਕਰ ਸਕਦੇ ਵੀ ਹਾਂ ਵੀ ਇੰਨੀ ਚਵਾਈ ਹੈਗੀ ਹੈ, ਠੀਕ ਹੈ ਜੀ, ਅਤੇ ਆਹ ਦੇਖੋ ਜੀ ਚੰਗੀ ਸੋਹਣੀ ਚਵਾਈ ਹੈਗੀ ਹੈ, ਬਾਕੀ ਚੰਗੇ ਮਿਲਕ ਦੀ ਜਿਹੜੀ ਅੱਗੇ ਦੁੱਧ ਦੀ ਮਾਲਕਣ ਆ, ਅੱਗੇ ਜਦੋਂ ਟਕਾ ਕੇ ਦੋਸਤੋ ਆਪਾਂ ਕੋਈ ਸੇਵਾ ਕਰਦੇ ਹਾਂ ਘਰ ਜਾ ਕੇ ਪਸ਼ੂ, ਅਤੇ ਚੰਗਾ ਹੋਰ ਦੁੱਧ ਪਸ਼ੂ ਕਰ ਜਾਂਦਾ, ਆਹ ਦੇਖੋ ਜੀ ਬਾਈ ਅੰਜੀਤ ਕਿੰਨਾ ਕੁ ਅਕਾਊਂਟ ਹੋ 6 ਤੋਂ ਉੱਪਰ ਹੋਵੇਗਾ, ਡੇਢ ਘੰਟਾ ਸਮਾਂ ਵੀ ਉੱਪਰ ਹੋ ਗਿਆ, ਤੇ ਟਾਈਮ ਟੂ ਟਾਈਮ ਚਵਾਈ ਵੀਰ ਜੀ ਪਸ਼ੂਆਂ ਦੀ ਕਿੰਨੀ ਕਰਦੇ ਪਏ ਹੋ? ਮੈਂ 6.5-6.5 ਕਰਦਾ ਜੀ। ਠੀਕ ਆ ਠੀਕ ਆ ਠੀਕ ਆ ਠੀਕ ਆ 6.5 ਤੋਂ ਜਿਹੜਾ ਦੋਸਤੋ 6.5 ਵੀਡੀਓ ਇੰਨੀਆਂ ਬਣਾਈਆਂ ਜਿੰਨਾ ਵਿੱਚੋਂ ਦੱਸਿਆ ਉਹਨਾਂ ਹੀ ਨਿਕਲਿਆ। ਠੀਕ ਆ, ਮੇਰੇ ਕੋਲ ਵੀਰ ਜਿੰਨੀਆਂ ਮਜ਼ਾ ਲੈ ਗਿਆ ਉਦੋਂ ਬਾਅਦ ਪਤਾ ਨਹੀਂ ਕਿੰਨੇ ਗਾ ਬਾਈ ਰਜੀਤ, ਕਦੀ ਐਂ ਹੋਇਆ ਵੀ ਪਸ਼ੂ ਇੱਥੋਂ ਕੋਈ ਲੈ ਕੇ ਗਿਆ ਹੋਵੇ, ਆਪਾਂ ਚਵਾਈਆਂ ਵਿਖਾਈਆਂ ਹੋਣ ਤੇ ਬਾਅਦ ਵਿੱਚ ਕਿਸੇ ਨੇ ਕਿਹਾ ਹੋਵੇ ਬਾਈ ਜਿੰਨਾ ਸੀ ਉਹ ਦੱਸਿਆ ਹੁਣ ਤੋਂ ਘੱਟ ਨਿਕਲਿਆ। ਤੁਸੀਂ ਮੇਰੇ ਅੱਜ ਤੱਕ ਪਿਛਲੀਆਂ ਵੀਡੀਓ ਦੇ ਕਮੈਂਟ ਦੇਖਣੇ ਆ। ਹਾਂਜੀ, ਮੇਰੇ ਕਮੈਂਟਾਂ ਵਿੱਚ ਆਪਾਂ ਨੇ ਕੀ ਗਿਆ, ਮੇਰੇ ਕੋਲ ਡੰਗਰ ਹੀ ਨਹੀਂ ਪੂਰੇ ਹੋਣ ਡੇ, ਨਾਲ ਮੇਰਾ ਸਰਵਿਸ ਦਾ ਕੰਮ ਆ। ਬਿਲਕੁਲ, ਮੇਰੇ ਕੋਲ ਇਹ ਹਫਤਾ ਵੀ ਲੱਗ ਜਾਂਦਾ ਮੈਨੂੰ ਵੀਡੀਓ ਪਾਉਂਦੇ। ਬਿਲਕੁਲ, ਹਫਤੇ 'ਚ ਮੈਨੂੰ ਇਹ ਲੱਭਾ ਡੰਗਰ ਸੋਏ ਲੱਭਣੇ ਬੜੇ ਔਖੇ, ਥੋੜ੍ਹੀ ਸੂਆ ਘਟਿਆ ਵਾ। ਅਜੇ ਮੇਰੇ ਨਾਲ ਵੀਰ ਕਈ ਨਾਰਾਜ਼ ਹੋਣਗੇ, ਮੈਂ ਉਹਨਾਂ ਕੋਲ ਮਾਫੀ ਮੰਗਦਾ ਹੱਥ ਜੋੜ ਕੇ। ਹਾਂਜੀ ਹਾਂਜੀ, ਪਰ ਫਿਰ ਵੀ ਚਲੋ ਵੀਰਾਂ ਤੇ ਇਕੱਲੇ ਇਕੱਲੇ ਕੋਈ ਵੀਡੀਓ ਨੀ ਮੇਰੇ ਤੋਂ ਪੈਣੀ ਨੀ। ਬਿਲਕੁਲ, ਇਹ ਕਰਕੇ ਮੈਂ ਚਲੋ ਹਫਤੇ ਪਿੱਛੋਂ ਹੀ ਮੈਂ ਲਿਆਉਂ ਜ਼ਰੂਰ। ਨਹੀਂ ਚੰਗਾ ਪਸ਼ੂ ਲਿਆਓ ਵੀਰ ਜੀ, ਹਫਤੇ ਬਾਅਦ ਵੀ ਆ ਜਾਏ, ਕੋਈ 10 ਦਿਨਾਂ ਬਾਅਦ ਵੀ ਕੋਈ ਇਤਰਾਜ਼ ਨਹੀਂ। ਸੋ ਦੋਸਤੋ, ਇਹ 3 ਜਿਹੜੀਆਂ ਤੁਹਾਨੂੰ ਆਪਾਂ ਮੱਝਾਂ ਝੋਟੀਆਂ ਪਸ਼ੂ ਦਿਖਾਏ ਹੈਗੇ ਆ, ਅਤੇ ਬਹੁਤੇ ਵੀਰਾਂ ਦੀ ਡਿਮਾਂਡ ਸੀਗੀ, ਵੀਰ ਨੂੰ ਕਹਿ ਰਹੇ ਸੀ ਵੀ ਕਾਫੀ ਟਾਈਮ ਤੋਂ ਵੀ ਪਸ਼ੂ ਚੰਗੇ ਲਿਆਓ ਕੇ ਸਾਹਮਣੇ ਪੇਸ਼ ਕਰੋ, ਤਾਂ 3 ਜਿਹੜੇ ਪਸ਼ੂ ਤੁਹਾਡੇ ਸਾਹਮਣੇ ਦੋਸਤੋ ਲਾਈਵ ਚਵਾਈਆਂ ਰਿਕਾਰਡਿੰਗ ਦੇ ਵਿੱਚ ਆਪਾਂ ਦਿਖਾ ਦਿੱਤੀਆਂ ਨੇ,
ਧਾਰ ਵੱਲੋਂ ਕਿਸੇ ਪਾਸੇ ਵੀ ਦੋਸਤੋ ਕੋਈ ਬਾਅਦ ਘਰ ਤੁਹਾਨੂੰ ਨਜ਼ਰ ਨਹੀਂ ਆਈ ਹੋਵੇਗੀ ਅਤੇ ਬਾਕੀ ਤੁਸੀਂ ਵੀ ਮੌਕੇ 'ਤੇ ਜ਼ਰੂਰ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਅਤੇ ਰਣਜੀਤ ਵੀਰ ਦੇ ਆਪਾਂ ਸੰਪਰਕ ਨੰਬਰ ਲੈ ਲੈਂਦੇ ਅਤੇ ਰਣਜੀਤ ਵੀਰ ਇਹਦਾ ਮੁੱਲ ਕਿੰਨਾ ਕੀਤਾ ਸੀ ਉਹ ਦੱਸਿਓ ਮਾੜਾ ਇਹਦਾ ਮੁੱਲ ਵੀ ਸੀ 80,000 86,000 ਠੀਕ ਆ ਬਾਕੀ ਮੌਕੇ ਦੀ ਹੋ ਜਾਏਗੀ ਹਾਂ ਮੌਕੇ 'ਤੇ ਮਾਨਤਾ ਹੋ ਜਾਊਗਾ ਦੋਸਤੋ ਵੱਡੇ ਕੱਦਕਾਰ ਦੇ ਵਿੱਚ ਆ ਅਤੇ ਸਾਰੇ ਵੱਲੋਂ ਜਿੰਨਾ ਉੱਪਰੋਂ ਹੈਗੀ ਇਹ ਚੰਗੀ ਉਹ ਨਹੀਂ ਥੱਲਿਓ ਵੀ ਚੰਗੀ ਆ ਕਈ ਨਾ ਪਸ਼ੂ ਉੱਪਰੋਂ ਚੰਗਾ ਹੁੰਦਾ ਥੱਲਿਓ ਖੋਟਾ ਹੁੰਦਾ ਬਾਕੀ ਇਹ ਜਿਹੜੀ ਦੋਸਤੋ ਪਲੱਸ ਚੱਲਣ ਡੀ ਆ ਠੀਕ ਹੈ ਆਪਣੀ ਗਰੰਟੀ ਇਹ ਆ ਵੀ ਆਪਾਂ ਨੂੰ ਵੀਰ ਪਿਆਰ ਬੜਾ ਕਰਦੇ ਆ ਬਿਲਕੁਲ ਜੀ ਤੁਸੀਂ ਮੇਰੀ ਪਿਛਲੀ ਵੀਡੀਓ ਵੀ ਦੇਖੀ ਹੋਣੀ ਆ ਬਿਲਕੁਲ ਹਾਂਜੀ ਤੇ ਇਹਦਾ ਕਰਕੇ ਆਪਾਂ ਉਹ ਦੱਸਣਾ ਬਿਲਕੁਲ ਕਿਲੋ ਡੇਢ ਕਿਲੋ ਘੱਟ ਦੱਸਾਂਗੇ ਤੇ ਵੀਰ ਪਿਆਰ ਜ਼ਿਆਦਾ ਕਰਦੇ ਜੀ ਬਿਲਕੁਲ ਬਿਲਕੁਲ ਨਹੀਂ ਜੀ ਜੇਕਰ ਆਪਣੇ ਬਹੁਤਾ ਵਪਾਰ ਨਹੀਂ ਮੈਨੂੰ ਸ਼ੌਂਕ ਹੈ ਵੀਰ ਜੀ ਇਸ ਚੀਜ਼ ਦਾ ਬਿਲਕੁਲ ਇਹ ਕੰਮ ਸ਼ੌਂਕ ਨਾਲ ਹੀ ਹੁੰਦੇ ਆ ਜੀ ਸ਼ੌਂਕ ਕਈ ਨਾ ਆਪਾਂ ਆਪਦਾ ਵੇਖ ਕੇ ਨਾ ਕਿਸੇ ਹੋਰ ਨੂੰ ਆਪਾਂ ਹਾਂਜੀ ਕਿਸੇ ਘਰ ਚੰਗੀ ਮਾੜੀ ਚੀਜ਼ ਨਿਕਾਲ ਸਕਦੇ ਤੇ ਰਣਜੀਤ ਵੀਰੇ ਇੱਕ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਵੀਰ ਜੀ ਆਪਣਾ ਨੰਬਰ ਹੈਗਾ 97811 4826 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਰਣਜੀਤ ਪਿੰਡ ਸ਼ਾਹਪੁਰ ਤਹਿਸੀਲ ਜਿਹੜੇ ਦੋਸਤੋ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ ਅਤੇ ਸਿਰੋਂ ਵੀ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ 'ਤੇ ਜਿਹੜਾ ਹੈਗਾ ਸ਼ਹਿਰ ਅਤੇ ਨਸ਼ਹਿਰੇ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਇਹ ਪਿੰਡ ਹੈਗਾ ਅਤੇ ਲੌਕਾ ਬਿਲਕੁਲ ਨਾਲ ਹੈਗਾ ਪਿੰਡ ਦੋਸਤੋ ਲੌਕਾ ਅਤੇ ਚੰਬਲ ਜਵੰਦਾ ਬਿਲਕੁਲ ਨਾਲ ਨਾਲ ਪਿੰਡ ਨੇ ਵੀਰ ਦੇ ਘਰ ਤੁਸੀਂ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਜਿੰਨਾ ਕਿਹਾ ਗਿਆ ਉਨਾ ਬਿਲਕੁਲ ਜਿਹੜਾ ਪੁਖਤੇ ਤੌਰ 'ਤੇ ਬਿਲਕੁਲ ਪ੍ਰੋਪਰ ਤੁਹਾਨੂੰ ਚੀਜ਼ ਉਹੀ ਮਿਲੇਗੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ